विनोद कुमार जी दोना मतलब गजनी वाला जी ये मेरी मदर सी जोगिंद्रो बाई जी तो ये साडा मालकी गढ़ा गया जी खड्डिया का ठीक है उत्थे रूड़ी लगी सी गन सट्टन गए सी एक मेरी भरजाई सी उन्हां नाल गाली गलोच कीतिया इन्हां ए परिवार ने गाली गलोच कीतिया तो मेरी मम्मी पिछा वापस आन लगे सी चुप करके बिना बोले साढ़े घर घर का परिवार का मैंबर कोई भी नहीं सी आदमियों चो आदमियों चो कोई भी नहीं सी मैं भी कितने बाहर सी मेरा फादर तो मेरा ब्रदर वो भी बाहर से कितने तो मेरी भरजाई तो मेरी मम्मी सी दो इन्हां आके उन्हां नूं इन्ह डांगा मसोटे मारे उत्थे डेगते उत्थे घर को खत्म करता आपदे को साड़ी जगह दे कोल साडा घर दो किले दूर है जी वो साडा मालकी जगह है जिथे गन सट्टन आए हैं पुरानी रंजिश जनानिया की पुरानी रंजिश चलती सी पहला अगे भी जाते गन सट्टन अगे ही गली गलोच करते सी पर असी नहीं ज़्यादा बोले ना हाँ जी ए 60 है जी सी हाँ जी हाँ जी इन्हें कानूनी कार्रवाई की जाए जी बनती कानूनी कार्रवाई की जाए नहीं फड़े गए जी हाँ जी हाँ जी हरदीप सिंह जी दोनों मत गई ने इन्दे नाल मेरी दुकान है जी करियाने दी मैं दुकान ते बैठा से अचानक एक गई गन सट्टन नाल इहदी नूंह है छोटी ਦੋਵੇਂ ਜਣੀਆਂ ਗਈਆਂ ਨੇ ਅਤੇ ਉਹਨਾਂ ਪਹਿਲਾਂ ਤਾਂ ਕੋਈ ਰੰਜਸ ਉਹਨਾਂ ਦੀ ਹੈਗੀ ਸੀ ਮਾੜੀ ਮੋਟੀ ਕੋਈ ਜਨਾਨੀਆਂ ਦੀ ਉਹਨਾਂ ਸੋਚ ਅਤੇ ਪਹਿਲਾਂ ਨਜੋੜ ਅਤੇ ਸਾਰੇ ਉਹਨਾਂ ਮਦਦ ਕੀਤਾ ਆਪਦਾ ਬਣਾਈ ਮੇਰੇ ਮਨਸੂਬਾ ਵੀ ਹੁਣ ਗਨ ਸੱਟ ਲਾਵਾਂਗੇ ਆਪਾਂ ਕੋਈ ਬਹਾਨਾ ਬਣਾ ਲਾ ਤਾਰ ਲਾਉਂਦੇ ਸੀ ਜੀ ਬਕਸੇ ਦੀ ਤਾਰ ਲੱਗੀ ਸੀ ਉਹ ਤਾਰ ਇਹਨਾਂ ਕਿਹਾ ਵੀ ਤਾਰ ਇਹਨੂੰ ਪਿੱਛੇ ਕਰ ਲਓ ਵੀ ਮੈਨੂੰ ਕਰੰਟ ਨਾ ਲੱਗ ਜਾਵੇ ਬਸ ਉਹ ਤਾਰ ਕਿਤੇ ਬੱਠਲ ਨਾਲ ਰੜੀ ਹੈ ਅਤੇ ਇਹਨਾਂ ਉੱਥੋਂ ਆ ਤੇ ਹਮਲਾ ਕਰ ਦਿੱਤਾ ਆ 5 ਜੀ ਸੀ ਇਹ ਮੌਕੇ 'ਤੇ ਕੋਈ ਅਣਪਛਾਤੇ ਗਏ ਸੀ 2-3 ਉਹ ਭੱਜ ਗਏ ਜੇ ਜਿੰਨੇ ਚਿਰ ਅਸੀਂ ਪਹੁੰਚੇ ਕੁਸਾ ਅੰਦਰ ਬੈਠੇ ਦੁਕਾਨ ਦੇ ਉਹਦੇ 'ਚ ਨਿਕਲਿਆ ਟਾਈਮ ਲੱਗ ਗਿਆ 5 ਮਿੰਟ ਉਹਨੇ ਨਵਾਏ ਅਤੇ ਖਤਮ ਹੋ ਗਈ ਉੱਥੇ ਮੌਕੇ 'ਤੇ ਇਨਸਾਫ ਜੀ ਇਹਨਾਂ 'ਤੇ ਜਿਹੜੀ ਕਾਨੂੰਨ ਕਾਰਵਾਈ ਉਹ ਕਰੇ ਆਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਏ ਉਹ ਇਹ ਆ ਵੀ ਜੋਗਿੰਦਰੋ ਬੀਬੀ ਪਤਨੀ ਰਤਨ ਸਿੰਘ ਦੋਨਾ ਮੱਤੜ ਗਜਨੀ ਵਾਲਾ ਇਹਨਾਂ ਦਾ ਮਾਲਕੀ ਖੱਡਾ ਗੰਦ ਗੁੰਦ ਜਿੱਥੇ ਸੁੱਟਦੇ ਸੀ ਉਹਦੇ 'ਤੇ ਗੰਦ ਸੁੱਟਣ ਗਏ ਆ ਪਰ ਨਾਲ ਉੱਥੇ ਓਮ ਪ੍ਰਕਾਸ਼ ਦਾ ਖੱਡਾ ਉਹਨਾਂ ਨੇ ਉਹਨਾਂ 'ਤੇ ਸੱਟਾਂ ਮਾਰਤੀਆਂ ਕਿਉਂਕਿ ਉਹਦਾ ਖੱਡਾ ਨੱਪਣਾ ਚਾਹੁੰਦੇ ਆ ਅਤੇ ਉਹਨਾਂ 'ਤੇ ਕਾਰਵਾਈ ਐੱਫ ਆਈ ਆਰ ਲੌਂਚ ਕਰਤੀ ਆ ਅਤੇ ਅਗਲੀ ਕਾਰਵਾਈ ਅਮਲੇ 'ਚ ਲਿਆਂਦੀ ਜਾਏਗੀ 5 ਬੰਦਿਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਅਤੇ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲੇ 'ਚ ਲਿਆਂਦੀ ਜਾਏਗੀ।